करते हैं पंजाब की खबरों की ओर, जहां श्री माछीवाड़ा साहिब में बीती रात एक दर्दनाक सड़क हादसे में दो युवकों की मौके पर ही मौत हो गई। बताया जा रहा है कि हर्षदीप सिंह और गुरविंदर सिंह दोनों दोस्त थे। दोनों बाइक से माछीवाड़ा के निरकारी भवन की तरफ जा रहे थे। इसी दौरान उनकी बाइक पेड़ से टकरा कर दुर्घटनाग्रस्त हो गई। गंभीर चोट लगने की वजह से उनकी मौत हो गई है। सड़क किनारे दोनों को देख राहगीरों ने पुलिस को सूचना दी। मौके पर पहुंची पुलिस ने दोनों शवों को कब्जे में लेकर पोस्टमार्टम के लिए भेज दिया और मामला दर्ज कर जांच शुरू कर दी है। समराला से अनुराग संदल की रिपोर्ट। 8 बजे का एक्सीडेंट हो गया जी। ਸਾਨੂੰ ਤਾਂ ਸਵੇਰੇ ਪਤਾ ਲੱਗਿਆ ਕੌਣ ਸੀ ਉਹ। ਮੇਰਾ ਮੁੰਡਾ ਸੀ। ਕੀ ਨਾਮ ਸੀ? ਅਰਸ਼ਦੀਪ ਸਿੰਘ ਸੀਗਾ ਜੀ, ਗੁਰਤੇਜ ਸਾਹਿਬ ਸੀ। ਕਿੱਥੋਂ ਜਾ ਰਹੇ ਸੀ ਉਹ? ਇਹ ਕੋਈ ਪਤਾ ਨਹੀਂ ਜੀ, ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ। ਘਰੋਂ ਕਿੰਨੇ ਕੁ ਵਜੇ ਗਏ ਸੀ? ਇਹ ਵੀ ਨਹੀਂ ਪਤਾ ਹੈ ਜੀ। ਕੀ ਕੰਮ ਕਰਦੇ ਸੀ? ਮੈਂ ਰਾਤ ਦਿਹਾੜੀ ਜਪਾਈ ਕਰਦਾ ਜੀ। ਇਹ ਰਾਤੀ ਮਤਲਬ ਕਿ ਨਿਕਲੇ ਸੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ। ਕਿੱਥੇ ਹੋਇਆ ਐਕਸੀਡੈਂਟ? ਐਕਸੀਡੈਂਟ ਆਪਣੇ ਗੜੀ ਵਾਲੀ ਨਹਿਰ ਟੱਪ ਕੇ ਹੋਇਆ ਜੀ, ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਗਏ। ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਸਵੇਰ ਫੋਨ ਗਿਆ ਜੀ। ਕੀ ਕਹਿੰਦੇ? ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ, ਵੀ ਅਰਸ਼ ਮਿਲ ਨਹੀਂ ਰਹੇਗਾ, ਵੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ। ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ। ਚਲੋ ਮੈਂ ਆਇਆ, ਫਿਰ ਮੈਨੂੰ ਰਸਤੇ 'ਚ ਫੋਨ ਆਇਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਇੱਦਾਂ ਇੱਦਾਂ। ਮੈਨੂੰ ਰਾਹ 'ਚ ਮਿਲੇ, ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀਗੇ। ਘਟਨਾ ਜੀ, ਸਾਨੂੰ ਤਾਂ ਸਵੇਰ ਫੋਨ ਆਇਆ ਸੀਗਾ ਵੀ ਇੱਦਾਂ ਇੱਦਾਂ ਡੈਥ ਹੋ ਗਈ। ਸਾਨੂੰ ਤਾਂ ਇਹ ਵੀ ਨਹੀਂ ਤਾਂ ਪਤਾ ਵੀ ਐਕਸੀਡੈਂਟ ਹੋ ਗਏ। ਸਾਨੂੰ ਤਾਂ ਉਰੇ ਆ ਕੇ ਪਤਾ ਲੱਗਿਆ ਵੀ ਆਹ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ। ਕੀ ਜੇ ਤੁਸੀਂ ਮੌਕੇ 'ਤੇ ਗਏ ਹੋ, ਕੀ ਦੇਖਿਆ ਉੱਥੇ? ਮੌਕੇ 'ਤੇ ਮੈਂ ਤਾਂ ਜੀ ਹੁਣੇ ਪਹੁੰਚਿਆ, ਸਿੱਧਾ ਹੋਸਪਿਟਲ 'ਚ ਆਇਆ। ਕੀ ਘਟਨਾ ਤੁਸੀਂ ਸੁਣਿਆ? ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ, ਵੀ ਇਹ ਮੈਨੂੰ ਤਾਂ ਵੀ ਨਹੀਂ ਪਤਾ ਵੀ ਮਿਲ ਕਦ ਲਿਆਂਦੇ ਚੱਕ ਕੇ ਕਦ ਨਹੀਂ। ਅਸੀਂ ਤਾਂ ਸਿੱਧਾ ਉਰੇ ਹੀ ਪਹੁੰਚੇ ਜੀ। ਇਹ ਰਾਤ ਇਹ ਕੱਲ੍ਹ ਕਿਤੇ ਪਿੰਡੋਂ ਗਏ ਨੇ ਜੀ, ਅਤੇ ਇਹ ਸਮਰਾਲੇ ਤੋਂ ਗੜੀ ਦੇ ਪੁਲ ਤੋਂ ਮਰਵਾ ਰਹੇ ਸੀ, ਅਸੀਂ ਪਿੰਡ ਨੂੰ ਆ ਰਹੇ ਸੀ ਅਤੇ ਰਸਤੇ 'ਚ ਇਹਨਾਂ ਦੀ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਇਹਨਾਂ ਦੀ ਘਟਨਾ ਐਕਸੀਡੈਂਟ ਹੋ ਗਿਆ ਇਹਨਾਂ ਦਾ। ਸਾਨੂੰ ਸਵੇਰੇ 8:30 ਪਤਾ ਲੱਗਿਆ ਵੀ ਤੁਹਾਡੇ ਭਤੀਜੇ ਦੀ ਵਿਆਹ ਕਹਿੰਦੀ ਐਕਸੀਡੈਂਟ ਹੋ ਗਿਆ, ਵੀ ਉਹਦਾ ਉੱਥੇ ਜਾ ਕੇ ਦੇਖੋ। ਜਦੋਂ ਆ ਕੇ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ, ਇਹਨਾਂ ਦੀਆਂ ਲਾਸ਼ਾਂ ਕੋਲ ਪਈਆਂ, ਦੋ ਲਾਸ਼ਾਂ ਪਈਆਂ ਅਤੇ ਜਗ੍ਹਾ ਦਾ ਦੋਸ਼ੀ ਵਿੱਚ ਬੰਦਾ ਜਾਂ ਭਤੀਜਾ ਕੋਲ ਦੱਸਦੇ ਨੇ, ਸਾਨੂੰ ਬਾਰੇ ਪਤਾ ਕੋਈ ਨਹੀਂ ਕੋਈ। ਦੋ ਮੁੰਡੇ ਸੀਗੇ ਰਾਤੀ ਸਮਰਾਲੇ ਤੋਂ ਮੱਛਵਾੜੇ ਜਾ ਰਹੇ ਸੀਗੇ, ਉਹਨਾਂ ਦਾ ਸਿੱਧਾ ਦਰਖਤ ਦਾ ਵੱਜੇ ਐਕਸੀਡੈਂਟ ਹੋਇਆ ਅਤੇ ਮੌਕੇ 'ਤੇ ਇਹਨਾਂ ਦੀ ਡੈਥ ਹੋ ਗਈ। ਦੋਨੋਂ ਬੋਡੀ ਆਪਣਾ ਮੋਰਚੇ 'ਤੇ ਸ਼ਿਫਟ ਕੀਤੀ ਹੋਈ ਹੈ ਅਤੇ ਅੱਜ ਪੋਸਟਮਾਰਟਮ ਹੋ। ਇੱਕ ਅਰਸ਼ਦੀਪ ਸਿੰਘ ਹੈ ਅਤੇ ਇੱਕ ਗੁਰਵਿੰਦਰ ਸਿੰਘ ਹੈ, ਅਤੇ ਇਸ ਇੱਕ ਹੈਗਾ 24 ਸਾਲ ਦਾ, ਇੱਕ ਹੈਗਾ 20 ਸਾਲ। ਬਾਕੀ ਰਾਤ ਹੈਗਾ ਜੀ 1-2 ਵਜੇ ਦਾ, ਯਾਨੀ ਪਤਾ ਰਾਹ ਨਹੀਂ ਲੱਗੇ ਨੇ ਸਵੇਰੇ ਦੱਸਿਆ ਪੁਲਿਸ ਨੂੰ, ਯਾਨੀ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ ਵੀ ਦੋ ਉੱਥੇ ਐਕਸੀਡੈਂਟ ਨਾਲ ਮੌਤਾਂ ਹੋਈਆਂ ਪਈਆਂ ਨੇ। ਹੰਢਾਈ ਹੈ ਜਿਹੜੀ ਏਜੰਸੀ, ਉਹ ਇੱਥੇ ਬਿਲਕੁਲ ਥੋੜ੍ਹੇ ਨਾਲ ਹੀ ਹੈ। ਅਤੇ ਜਾ ਕੇ ਦੇਖਿਆ ਤਾਂ ਇਹ ਦੋ ਮੁੰਡੇ ਸੀ ਮੋਟਰਸਾਈਕਲ 'ਤੇ, ਇੱਕ ਮੁੰਡਾ ਦਾ ਹੈਗਾ ਸੀ ਹਰਸ਼ਦੀਪ ਸਿੰਘ ਸੈਂਸੋਵਾਲ ਕਲਾਂ ਦਾ, ਦੂਸਰਾ ਹੈਗਾ ਸੀ ਇਹਨਾਂ ਗੁਰਵਿੰਦਰ ਸਿੰਘ ਰੀਮਾਵਾਲ ਖੁਰ ਦਾ। ਇਹ ਮੋਟਰਸਾਈਕਲ ਦੇ ਵੀ ਫਿਰ ਇਹਨਾਂ ਦਾ ਜਿਹੜਾ ਦਰਖਤ 'ਚ ਵੱਜਣ ਕਰਕੇ ਮੂਹਰੇ ਤੇ ਗੱਡੀ ਦੇ ਲੈਟਾਂ ਪੈਣ ਕਰਨ ਦਰਖਤ ਆ। ਅਗਲੀ ਖਬਰ ਕੀ ਔਰ ਬੜਦੇ ਹੋਵੇ, ਵਿਸ਼ਵ ਪਰਿਆਵਰਣ ਦਿਵਸ ਕੇ ਮੌਕੇ ਪਰ ਸੁਲਤਾਨਪੁਰ ਲੋਧੀ ਮੇ ਕਾਰਜਕ੍ਰਮ ਆਯੋਜਿਤ ਕੀਆ ਗਿਆ। ਇਸ ਦੌਰਾਨ ਪਰਿਆਵਰਣ ਪ੍ਰੇਮੀਓ ਨੇ ਲੋਗੋ ਕੋ ਪਰਿਆਵਰਣ ਕੇ ਪ੍ਰਤੀ ਜਾਗਰੂਕ ਕੀਆ, ਸਾਥ ਹੀ ਲੋਗੋ ਨੇ ਕਹਾ ਹੈ ਕਿ ਆਜ ਗਲੋਬਲ ਵਾਰਮਿੰਗ ਨੇ ਪੂਰੇ ਦੇਸ਼ ਕੀ ਸਾਸੇ ਸੁਖਾ ਦੀ ਹੈ ਔਰ ਲਗਾਤਾਰ ਬੜਤੇ ਤਾਪਮਾਨ ਕੇ ਕਾਰਨ ਬੜਤੀ ਗਰਮੀ ਅਸਹਨੀਯ ਹੋਤੀ ਜਾ ਰਹੀ ਹੈ।
भी मुश्किल हो रहा है। बढ़ती ग्लोबल वार्मिंग के कारण देश के 310 जिले लगभग परिवर्तन के पर्यावरण के खतरे में है। इसीलिए हमें सोचने और विचार करने की जरूरत है। वहीं लोगों ने देश भर के लोगों से ज्यादा पेड़ पौधे लगाने की सलाह दी। कपूरथला से अजय संभलवार की रिपोर्ट। ਸਾਰਿਆਂ ਨੂੰ ਮੁਬਾਰਕਬਾਦ। ਸੋ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ UN ਵੱਲੋਂ ਇਸ ਕਰਕੇ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ ਇਨਵਾਇਰਮੈਂਟ ਦਾ ਕੀ ਮਹੱਤਵ ਹੈ। ਜੋ ਬਾਬੇ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ। ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਵਿਲਕ ਰਿਹਾ, ਖੇਲ ਨਹੀਂ ਰਿਹਾ। ਕਿਸ ਤਰ੍ਹਾਂ ਮਜ਼ਾਈਲਾਂ ਚੱਲਦੀਆਂ, ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫ਼ਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਤੰਗ ਕਰਨ ਵਾਸਤੇ, ਦੂਸਰੇ ਨੂੰ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਸੀਂ ਹਥਿਆਰ ਪੈਦਾ ਕਰ ਲਿਆ। ਮਾਨਸਿਕ ਤੌਰ 'ਤੇ ਵੀ ਅਸੀਂ ਜੋ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਏ। ਉਹਦਾ ਕਾਰਨ ਇਹ ਆ ਕਿ ਸਾਡਾ ਇਨਵਾਇਰਮੈਂਟ ਖਰਾਬ ਹੋਇਆ। ਪਵਨ ਨੂੰ ਜੋ ਸਤਿਕਾਰ ਦੇਣਾ ਚਾਹੀਦਾ ਸੀ ਉਹ ਸਤਿਕਾਰ ਨਹੀਂ ਦਿੱਤਾ। ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ, ਧਰਤੀ ਨੂੰ ਮਾਂ ਦਾ ਦਰਜਾ ਦਿੱਤਾ, ਹਵਾ ਨੂੰ ਗੁਰੂ ਕਹਿ ਕੇ ਸਤਿਕਾਰਿਆ, ਸੋ ਤਿੰਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ। ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ